ਹਾਂਜੀ ਪਿਆਰੇ ਦੋਸਤੋ, ਮੈਂ ਤੁਹਾਡਾ ਆਪਣਾ ਦਲਜੀਤ ਅਡਵਾਲ ਜਾਣੀ ਕਿ ਚਾਚਾ ਟੋਲੀ, ਅਤੇ ਮੈਂ ਤੁਹਾਨੂੰ ਅੱਜ ਆਪਣੀ ਨਵੀਂ ਇੱਕ ਵੀਡੀਓ ਦਿਖਾਉਣ ਰਿਹਾ, ਨਵਾਂ ਬਿਲਕੁਲ ਢੋ ਤਿਆਰ ਕੀਤਾ, ਅਤੇ ਇਹਦੇ ਵਿੱਚ 20 ਰਿੰਗ ਲੱਗੇ ਹੋਏ ਨੇ, ਟਿਊਨਿੰਗ ਰਿੰਗ ਲੱਗੇ ਨੇ, ਅਦ ਦਿਖਾਲੋ ਤੁਹਾਨੂੰ। ਅਤੇ ਇਹਨੂੰ ਮੈਂ ਢੋਲ ਨੂੰ ਅੱਜੇ ਤਿਆਰ ਕੀਤਾ, ਪਰ ਲੇਕਿਨ ਮੈਂ ਇਹਨੂੰ 2-3 ਵਾਰੀ ਖੋਲ ਚੁੱਕਾ ਕਿਉਂਕਿ ਮੇਰਾ ਚਾਅ ਨਹੀਂ ਪੂਰਾ ਹੋਇਆ। ਪਹਿਲਾਂ ਮੇਰਾ ਇਸ ਢੋਲ ਦਾ ਥੋੜ੍ਹਾ ਜਿਹਾ ਮੂੰਹ ਓਵਲ ਸ਼ੇਪ ਹੋ ਗਿਆ, ਹਲ ਵੀ ਥੋੜ੍ਹਾ ਜਿਹਾ ਸ਼ੇਪ ਥੋੜ੍ਹੀ ਜਿਹੀ ਹੋ ਗਈ। ਸੋ ਫਿਰ ਮੈਨੂੰ ਸਲਾਹ ਮਸ਼ਹੂਰ ਆਪਣੇ ਗੁਰੂ ਭਾ ਉਸਤਾਦ ਹਰਵਿੰਦਰ ਸਿੰਘ ਬਿੰਦਰ ਜੀ ਨਾਲ ਸਲਾਹ ਕਰਨੀ ਪਈ ਵੀ ਹੁਣ ਇਹ ਕਿੱਦਾਂ ਹੋਇਆ ਜਾਵੇ। ਉਸਤਾਦ ਹਰਵਿੰਦਰ ਸਿੰਘ ਜੀ ਜੋ ਕਿ ਗ੍ਰੇਟ ਇੰਡੀਅਨ ਡਾਂਸਰ ਦੇ ਕੈਪਟਨ ਰਹੇ ਨੇ, ਮੈਨੇਜਰ ਰਹੇ ਨੇ, ਸੋ ਉਹਨਾਂ ਦੇ ਨਾਲ ਮੈਂ ਬਹੁਤ ਸਾਲਾਂ ਦੇ ਨਾਲ ਇਕੱਠੇ ਨੇ ਵਜਾਇਆ। ਸੋ ਅੱਜ ਪਹਿਲੀ ਵਾਰੀ ਢੋਲ ਮੁੜ ਕੇ ਫੇਰ ਤਿਆਰ ਕੀਤਾ। ਸੋ ਆਹ ਦੇਖੋ, ਅਤੇ ਅੱਜੇ ਗਿੱਲਾ ਆ ਹਲ ਥੋੜ੍ਹਾ ਜਿਹਾ, ਅਸਲੀ ਬੱਕਰੀ ਦੀ ਖਲ ਕਰਕੇ ਆ, ਪਲਾਸਟਿਕ ਦੀ ਖਲ ਨਹੀਂ। ਮੈਂ ਪਲਾਸਟਿਕ ਦੀ ਖਲ ਨੂੰ ਇੰਨਾ ਪਸੰਦ ਨਹੀਂ ਕਰਦਾ, ਬਲਕਿ ਢੋਲਕੀਆਂ ਕਿਉਂ ਨਹੀਂ, ਤਬਲੇ ਕਿਉਂ ਨਹੀਂ ਪਲਾਸਟਿਕ ਦੇ ਬਣ ਜਾਂਦੇ? ਪਲਾਸਟਿਕ ਤਾਂ ਢੋਲ ਡਰਮ ਸਕਿਨ ਲਈ ਬਣਿਆ ਹੈ, ਪਰਪਸ ਬਿਲਟ ਹੁੰਦਾ। ਸੋ ਅਸਲੀ ਖਲ ਢੋਲ ਲਈ ਓਰਿਜਨਲੀ ਹੋਣੀ। ਹਲ ਵੀ ਗਲਤੀ ਆ, ਇਹ ਲੋਹਾ ਵੀ ਨਹੀਂ ਲੱਗਣਾ ਚਾਹੀਦਾ। ਸੋ ਲੋਹੇ ਨੂੰ ਪ੍ਰਿਵੈਂਸ਼ਨ ਕਰਨ ਦੀ ਵੀ ਮੈਂ ਕੋਸ਼ਿਸ਼ ਕੀਤੀ ਆ, ਵਿੱਚ ਥੋੜ੍ਹੀ ਜਿਹੀ ਰੱਸੀ ਵਸਾਈ ਆ ਜਾਂ ਕਿਸ ਤਰ੍ਹਾਂ ਤਰੀਕੇ ਨਾਲ, ਕਿਉਂਕਿ ਢੋਲਕ ਦੇ ਰਹਿੰਦੇ ਇਹ ਬਣਾਉਣਾ ਮੜਨਾ ਬਹੁਤ ਹੀ ਔਖਾ ਆ, ਈਜ਼ੀ ਨਹੀਂ ਹੈਗਾ। ਅਤੇ ਜਿਸ ਤਰ੍ਹਾਂ ਕਿ ਤੁਸੀਂ ਇਹਦੀ ਟੋਨ ਜਿਹੜੀ ਤੁਸੀਂ ਜਦ ਸੁਣੋਗੇ, ਕਿਤੇ ਸਟੂਡੀਓ ਦੀ ਢੋਲ ਪੁਰਾਣੀਆਂ ਗਾਣਿਆਂ 'ਚ ਸੁਣੋਗੇ, ਮਲਕੀਤ ਸਿੰਘ ਦੇ ਗਾਣਿਆਂ 'ਚ ਸੁਣੋਗੇ, ਅਸਲੀ ਢੋਲ ਵੱਜਿਆ ਹੈ ਬੱਕਰੀ ਦੀ ਖਲ ਦਾ, ਉਹਦੀ ਟੋਨ ਬਿਲਕੁਲ ਹੀ ਡਿਫਰੈਂਟ ਹੁੰਦੀ ਹੈ। ਅਤੇ ਉਹ ਡਰਮ ਸਕੈਨ ਲੋਕ ਲਾ ਲੈਂਦੇ ਆ, ਪਰ ਉਹ ਚੀਜ਼ ਨਹੀਂ ਬਣਦੀ ਹੈਗੀ। ਪਰ ਜਦ ਇਹ ਸੁੱਕੂਗਾ, ਅਤੇ ਹੁਣ ਇਹ ਢੋਲ ਫੜ ਵੀ ਗਿਆ ਸੀ, ਮੈਂ ਇਹਦੀ ਥੋੜ੍ਹੀ ਜਿਹੀ ਰਿਪੇਅਰ ਕਰਨ ਦੀ, ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹ। ਸੋ ਜੇ ਬਚ ਗਿਆ ਤਾਂ ਬਜਾ ਕੇ ਵੀ ਦਿਖਾਉਂਗਾ, ਤਾਂ ਨੈਕਸਟ ਵੀਡੀਓ ਦਾ ਇੰਤਜ਼ਾਰ ਕਰੋ। ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਦਲਜੀਤ ਅਡਵਾਲ, ਜਾਣੀ ਕਿ ਚਾਚਾ ਟੋਲੀ।